ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਪਾਲ ਕੌਰ, ਨੂਰ ਕਿਚਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਅੱਜ ਬਿਲਕੁਲ ਅਲੱਗ ਜਿਹੀ ਜਿਹੜੀ ਰੈਸਪੀ ਲੈ ਕੇ ਆਏ ਹਾਂ, ਜਿਹੜੀ ਕਿ ਅਸੀਂ ਕਾਲੇ ਚਨਿਆਂ ਤੋਂ ਬਣਾਵਾਂਗੇ। ਕਾਲੇ ਚਨਿਆਂ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰੀ ਬਣਾਈ ਹੋਏਗੀ, ਪਰ ਅਸੀਂ ਅੱਜ ਜਿਹੜੀ ਬਣਾ ਰਹੇ ਹਾਂ, ਅਸੀਂ ਕਾਲੇ ਚਨਿਆਂ ਤੋਂ ਅਸੀਂ ਜਿਹੜੇ ਸਨੈਕਸ ਬਣਾ ਰਹੇ ਹਾਂ, ਬਹੁਤ ਹੀ ਟੇਸਟੀ ਅਤੇ ਹੈਲਦੀ ਜਿਹੜੀ ਰੈਸਪੀ ਬਣ ਕੇ ਤਿਆਰ ਹੋਏਗੀ। ਅਤੇ ਬੜੀ ਆਸਾਨੀ ਦੇ ਨਾਲ ਘਰ ਵਿੱਚ ਪਈਆਂ ਚੀਜ਼ਾਂ ਤੋਂ ਅਸੀਂ ਜਿਹੜੀ ਹੈ ਬਹੁਤ ਘੱਟ ਟਾਈਮ ਦੇ ਵਿੱਚ ਜਿਹੜਾ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਕਾਲੇ ਚਨੇ ਤੋਂ ਬਣਾਉਣੇ ਸਨੈਕਸ। ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਮਸਾਲਾ ਜਿਹੜਾ ਇਹਦੇ 'ਚ ਪਾਉਣਾ ਸੀ ਉਹ ਤਿਆਰ ਕਰਾਂਗੇ। ਉਹਦੇ ਲਈ ਅਸੀਂ ਮਸਾਲੇ ਲਏ ਆ, ਖੜੇ ਮਸਾਲੇ ਲਏ ਆ। ਇਹਦੇ 'ਚ ਸਭ ਤੋਂ ਪਹਿਲਾਂ 2 ਚਮਚ ਜਿਹੜੇ ਅਸੀਂ ਸਾਬਤ ਧਨੀਆ ਲਿਆ ਵਾ, 1 ਚਮਚ ਜਿਹੜੀ ਹਰੀ ਸੌਂਫ ਲਈ ਹੈ, 1 ਚਮਚ ਸਾਬਤ ਜੀਰਾ ਲਿਆ, ਅਤੇ 1 ਚਮਚ ਹੀ ਜਿਹੜੀ ਅਸੀਂ ਕਾਲੀ ਮਿਰਚ ਲਈ ਹੈ। ਇਹਨਾਂ ਨੂੰ ਅਸੀਂ ਪਹਿਲਾਂ ਹਲਕਾ ਜਿਹਾ ਰੋਸਟ ਕਰਾਂਗੇ। ਲਓ ਜੀ, ਹੁਣ ਅਸੀਂ ਮਸਾਲਿਆਂ ਨੂੰ ਜਿਹੜਾ ਹਲਕਾ ਜਿਹਾ ਰੋਸਟ ਕਰ ਲਿਆ ਵਾ, ਅਤੇ ਹੁਣ ਅਸੀਂ ਇਹਨਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਅਤੇ ਇਹਨਾਂ ਨੂੰ ਜਿਹੜਾ ਅਸੀਂ ਪੀਸ ਲੈਣਾ ਵਾ। ਅਤੇ ਮਸਾਲਿਆਂ ਨੂੰ ਅਸੀਂ ਹੁਣ ਪੀਸ ਲਿਆ ਵਾ, ਅਤੇ ਹੁਣ ਅਸੀਂ ਜਿਹੜੇ 6 ਘੰਟੇ ਪਹਿਲਾਂ ਅਸੀਂ ਕਾਲੇ ਚਨੇ ਭਿਉਂ ਕੇ ਰੱਖੇ ਹੋਏ ਸੀ ਪਾਣੀ ਦੇ ਵਿੱਚ, ਅਸੀਂ ਉਹਨਾਂ ਨੂੰ ਹੁਣ ਮਿਕਸੀ ਜਾਰ ਵਿੱਚ ਪਾ ਲਵਾਂਗੇ। ਅਤੇ ਪਾ ਕੇ ਅਤੇ ਇਹਨਾਂ ਨੂੰ ਇੱਕ ਦਰਦਰਾ ਜਿਹਾ ਅਸੀਂ ਪੀਸ ਲੈਣਾ ਵਾ। ਹੁਣ ਅਸੀਂ ਜਿਹੜੇ ਕਾਲੇ ਚਨਿਆਂ ਨੂੰ ਪੀਸਿਆ ਵਾ, ਅਸੀਂ ਬਿਨਾਂ ਪਾਣੀ ਤੋਂ ਉਹਨਾਂ ਨੂੰ ਬਿਲਕੁਲ ਪੀਸਿਆ ਵਾ। ਹੁਣ ਅਸੀਂ ਇੱਕ ਮਿਕਸਿੰਗ ਬੋਲ ਲਵਾਂਗੇ। ਇਹਦੇ ਵਿੱਚ ਅਸੀਂ 3 ਜਿਹੜੇ ਉਬਲੇ ਹੋਏ ਆਲੂ ਲਏ ਨੇ, ਅਤੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਮੈਸ਼ ਕਰ ਲਿਆ ਵਾ, ਉਹ ਅਸੀਂ ਜਿਹੜੇ ਬੋਲ ਦੇ ਵਿੱਚ ਪਾ ਦੇਵਾਂਗੇ। ਹੁਣ ਅਸੀਂ ਇਹਦੇ ਵਿੱਚ 1 ਬਰੀਕ ਕੱਟਿਆ ਹੋਇਆ ਜਿਹੜਾ ਪਿਆਜ਼ ਜਿਹੜਾ ਉਹ ਅਸੀਂ ਪਾਵਾਂਗੇ। 1 ਛੋਟੀ ਸ਼ਿਮਲਾ ਮਿਰਚ ਸੀ ਮੇਰੇ ਕੋਲ, ਮੈਂ ਉਹ ਵੀ ਬਰੀਕ ਚੌਪ ਕਰਕੇ ਇਸ ਵਿੱਚ ਪਾ ਦਿੱਤੀ ਹੈ। ਤੁਸੀਂ ਆਪਣੀ ਪਸੰਦ ਦੀ ਕੋਈ ਵੀ ਜਿਹੜੀ ਸਬਜ਼ੀ ਐਡ ਕਰ ਸਕਦੇ ਜੀ। ਅਤੇ ਥੋੜ੍ਹਾ ਜਿਹਾ ਬਰੀਕ ਕੱਟਿਆ ਹਰਾ ਧਨੀਆ ਅਸੀਂ ਇਹਦੇ 'ਚ। ਹੁਣ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਮਸਾਲਾ ਪੀਸਿਆ ਸੀ, 1 ਚਮਚ ਜਿਹੜਾ ਅਸੀਂ ਇਹਦੇ 'ਚ ਮਸਾਲਾ ਉਹ ਐਡ ਕਰਾਂਗੇ। ਹੁਣ ਮੈਂ 1/2 ਚਮਚ ਤੋਂ ਥੋੜ੍ਹਾ ਜ਼ਿਆਦਾ ਅਤੇ 1 ਚਮਚ ਤੋਂ ਥੋੜ੍ਹਾ ਘੱਟ ਜਿਹੜਾ ਅਸੀਂ ਚਮਚ ਜਿਹੜਾ ਨਮਕ ਮੈਂ ਲੈ ਰਹੀ ਹੈ। ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਤੁਸੀਂ ਲੈ ਸਕਦੇ ਜੇ। ਅਤੇ ਚਮਚ ਦਾ 1/4 ਹਿੱਸਾ ਜਿਹੜਾ ਮੈਂ ਗਰਮ ਮਸਾਲਾ ਐਡ ਕਰਾਂਗੀ ਇਹਦੇ ਵਿੱਚ। ਤੁਸੀਂ ਇਹਦੇ ਵਿੱਚ ਕੋਈ ਵੀ ਮਸਾਲੇ ਜਿਹੜੇ ਐਡ ਕਰ ਸਕਦੇ ਬਿਲਕੁਲ। ਮੈਂ ਪਰ ਇਹਦੇ ਵਿੱਚ ਬਿਲਕੁਲ ਥੋੜ੍ਹੇ ਮਸਾਲਿਆਂ ਦੇ ਨਾਲ ਜਿਹੜੇ ਇਹਨਾਂ ਨੂੰ ਸਨੈਕਸ ਜਿਹੜੇ ਬਣਾ ਰਹੀ ਹੈ। ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੁਸੀਂ ਕਿਸੇ ਵੀ ਪਾਰਟੀ ਵਗੈਰਾ 'ਤੇ ਤੁਸੀਂ ਇਹਨਾਂ ਨੂੰ ਸਨੈਕਸ ਨੂੰ ਜਿਹੜੇ ਬਣਾ ਕੇ ਸਰਵ ਕਰ ਸਕਦੇ ਜੀ। ਹੁਣ ਅਸੀਂ ਜਿਹੜੇ ਆਲੂਆਂ ਵਿੱਚ ਚੰਗੀ ਤਰ੍ਹਾਂ ਜਿਹੜੇ ਮਸਾਲੇ ਸਾਰੇ ਮਿਕਸ ਕਰ ਲਏ ਹੈ, ਅਤੇ ਹੁਣ ਅਸੀਂ ਇਹਦੀਆਂ ਛੋਟੀਆਂ ਜਾਂ ਟਿੱਕੀਆਂ ਜਾਂ ਬੋਲਸ ਤੁਸੀਂ ਕੁਛ ਵੀ ਜਿਹੜੇ ਬਣਾ ਸਕਦੇ ਜੀ। ਤੁਸੀਂ ਕੋਈ ਵੀ ਸ਼ੇਪ ਜਿਹੜੀ ਇਸਨੂੰ ਦੇ ਸਕਦੇ ਜੀ। ਮੈਂ ਟਿੱਕੀ ਦੀ ਸ਼ੇਪ ਦੇ ਰਹੀ ਨਾ। ਅਸੀਂ ਟਿੱਕੀਆਂ ਜਿਹੜੀ ਸਾਰੀਆਂ ਬਣਾ ਕੇ ਤਿਆਰ ਕਰ ਲਈਆਂ, ਅਤੇ ਹੁਣ ਜਿਹੜਾ ਅਸੀਂ ਮਸਾਲਾ ਚਨਿਆਂ ਦਾ ਤਿਆਰ ਕੀਤਾ ਸੀ ਪੀਸ ਕੇ, ਅਤੇ ਜਿਹੜਾ ਅਸੀਂ ਮਸਾਲਾ ਪੀਸ ਕੇ ਤਿਆਰ ਕੀਤਾ ਸੀ, ਧਨੀਆ, ਕਾਲੀ ਮਿਰਚ, ਸੌਂਫ ਅਤੇ ਜੀਰਾ, ਅਸੀਂ ਉਹਦੇ ਵਿੱਚ ਮਿਕਸ ਕਰ ਦਾਂਗੇ। 1.5 ਚਮਚ ਜਿਹੜਾ ਅਸੀਂ ਇਹਦੇ ਵਿੱਚ ਪਾਇਆ ਵਾ, ਬਾਕੀ ਮਸਾਲਾ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਜੀ। ਅਤੇ ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ, ਕਿਉਂਕਿ ਅਸੀਂ ਆਲੂਆਂ ਵਿੱਚ ਵੀ ਨਮਕ ਐਡ ਕਰ ਰਹੇ ਹਾਂ, ਇਸ ਲਈ ਇਹਦੇ ਵਿੱਚ ਥੋੜ੍ਹਾ ਜਿਹਾ ਅਸੀਂ ਨਮਕ ਐਡ ਕਰਾਂਗੇ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਨਮਕ ਲੈ ਸਕਦੇ ਜੀ। ਮੈਂ 1/2 ਚਮਚ ਜਿਹੜਾ ਅਸੀਂ ਨਮਕ ਐਡ ਕੀਤਾ ਇਹਦੇ 'ਚ ਵੀ, ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ ਜਿਹੜਾ ਚਨਿਆਂ ਦੇ ਵਿੱਚ ਜਿਹੜਾ ਅਸੀਂ ਮਿਕਸ ਕਰ ਲੈਣਾ। ਹੁਣ ਅਸੀਂ ਕੋਈ ਵੀ ਸਲਰੀ ਵਗੈਰਾ ਨਹੀਂ ਬਣਾਵਾਂਗੇ, ਅਸੀਂ ਸਿੱਧੇ ਜਿਸ ਤਰ੍ਹਾਂ ਆਲੂ ਦੀਆਂ ਟਿੱਕੀਆਂ ਤਿਆਰ ਕੀਤੀਆਂ ਵਾ, ਇਹਨਾਂ ਨੂੰ ਅਸੀਂ ਇਹਦੇ ਵਿੱਚ ਰੱਖਾਂਗੇ। ਅਤੇ ਜਿਹੜਾ ਅਸੀਂ ਕਾਲੇ ਚਨਿਆਂ ਦਾ ਜਿਹੜਾ ਅਸੀਂ ਪੀਸ ਕੇ ਤਿਆਰ ਕੀਤਾ ਵਾ,
ਅਸੀਂ ਇਹਦੇ ਉੱਪਰ ਜਿਹੜੀ ਕੋਟਿੰਗ ਕਰ ਦੇਣੀ ਹੈ। ਦੇਖੋ ਸਾਡੀ ਟਿੱਕੀ ਜਿਹੜੀ ਬਣ ਕੇ ਬਿਲਕੁਲ ਤਿਆਰ ਆ। ਤੇ ਹੁਣ ਅਸੀਂ ਇਸੇ ਤਰ੍ਹਾਂ ਸਾਰੀਆਂ ਟਿੱਕੀਆਂ ਬਣਾ ਕੇ ਜਿਹੜੀਆਂ ਤਿਆਰ ਕਰ ਲੈਣੀਆਂ। ਦੇਖੋ ਸਾਡਾ ਓਇਲ ਜਿਹੜਾ ਗਰਮ ਹੋ ਚੁੱਕਾ ਵਾ ਤੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ। ਅਸੀਂ ਇੱਕ ਇੱਕ ਕਰਕੇ ਜਿਹੜੀ ਟਿੱਕੀ ਆ ਆਪਾਂ ਉਸ ਵਿੱਚ ਪਾਈ ਜਾਵਾਂਗੇ। ਅਤੇ ਜਿੰਨੀਆਂ ਇੱਕ ਵਾਰੀ 'ਚ ਪੈਣਗੀਆਂ ਅਸੀਂ ਉਨੀਆਂ ਹੀ ਪਾਉਣੀਆਂ ਵਾ। ਅਤੇ ਗੈਸ ਦੀ ਫਲੇਮ ਜਿਹੜੀ ਸੀ ਮੀਡੀਅਮ ਹੀ ਰੱਖਣੀ ਆ, ਨਾ ਤਾਂ ਜ਼ਿਆਦਾ ਅਸੀਂ ਗਰਮ ਰੱਖਣਾ ਜ਼ਿਆਦਾ ਕਰਨਾ ਫਲੇਮ ਨੂੰ, ਅਤੇ ਨਾ ਹੀ ਘੱਟ। ਜੇ ਅਸੀਂ ਜ਼ਿਆਦਾ ਕਰਾਂਗੇ ਤਾਂ ਉੱਪਰੋਂ ਕ੍ਰਿਸਪੀ ਹੋ ਜਾਣਗੇ ਅਤੇ ਵਿੱਚੋਂ ਕੱਚੇ ਰਹਿ ਜਾਣਗੇ। ਅਤੇ ਜੇ ਅਸੀਂ ਘੱਟ ਫਲੇਮ 'ਤੇ ਇਹਨਾਂ ਨੂੰ ਫਰਾਈ ਕਰਾਂਗੇ ਤਾਂ ਜੇ ਤੇਲ ਜਿਹੜਾ ਅਬਜ਼ਰਵ ਕਰ ਲੈਣਗੇ। ਦੇਖੋ ਸਾਡੀਆਂ ਟਿੱਕੀਆਂ ਜਿਹੜੀਆਂ ਫਰਾਈ ਹੋ ਚੁੱਕੀਆਂ ਵਾ। ਹੁਣ ਅਸੀਂ ਇਹਨਾਂ ਨੂੰ ਜਿਹੜਾ ਕੋਇਲ 'ਚੋਂ ਬਾਹਰ ਕੱਢ ਲਾਂਗੇ। ਦੇਖੋ ਬਹੁਤ ਹੀ ਜਿਹੜਾ ਕ੍ਰਿਸਪੀ ਜਿਹੜੇ ਸਾਡੇ ਕਾਲੇ ਚਨੇ ਦੇ ਸਨੈਕਸ ਬਣ ਕੇ ਤਿਆਰ ਹੋਏ ਆ, ਬਹੁਤ ਹੀ ਟੇਸਟੀ ਅਤੇ ਹੈਲਦੀ। ਹੁਣ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਬਾਕੀ ਟਿੱਕੀਆਂ ਨੂੰ ਵੀ ਅਸੀਂ ਫਰਾਈ ਕਰ ਲਵਾਂਗੇ। ਦੇਖੋ ਸਾਡੇ ਕਾਲੇ ਚਨੇ ਦੀ ਜਿਹੜੀਆਂ ਸਨੈਕਸ ਬਣ ਕੇ ਬਿਲਕੁਲ ਤਿਆਰ ਹੋਏ ਨੇ, ਬਹੁਤ ਹੀ ਟੇਸਟੀ ਅਤੇ ਜਿਹੜੇ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਅਤੇ ਬਹੁਤ ਹੀ ਟੇਸਟੀ ਅਤੇ ਹੈਲਦੀ ਨੇ। ਮੈਂ ਤੁਹਾਨੂੰ ਇੱਕ ਤੋੜ ਕੇ ਦਿਖਾਉਂਦੀ। ਦੇਖੋ ਬਾਹਰੋਂ ਕਿੰਨੇ ਕ੍ਰਿਸਪੀ ਹੈ ਅਤੇ ਅੰਦਰੋਂ ਦੇਖੋ ਬਿਲਕੁਲ ਸੌਫਟ ਹੈ, ਕਿਉਂਕਿ ਅੰਦਰ ਅਸੀਂ ਸਟਫਿੰਗ ਜਿਹੜੀ ਆਲੂਆਂ ਦੀ ਕੀਤੀ ਸੀ। ਬਹੁਤ ਹੀ ਟੇਸਟੀ ਜਿਹੜੇ ਬਣ ਕੇ ਤਿਆਰ ਹੋਏ ਨੇ। ਅਤੇ ਕਮੈਂਟ ਬੋਕਸ ਦੱਸਾਂ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਕਿਸ ਤਰ੍ਹਾਂ ਲੱਗੀ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਜਿਹੜੀ ਲਾਈਕ ਕਰਨਾ, ਸ਼ੇਅਰ ਕਰਨਾ। ਅਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਅਤੇ ਨਾਲ ਲੱਗਦੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇੱਕ ਰਿਕੁਐਸਟ ਹੈ, ਜ਼ਰੂਰ ਤੁਹਾਡੇ ਅੱਗੇ ਦੀ ਵੀਡੀਓ ਨੂੰ ਛੁੱਟ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਤਾਂ ਫਿਰ ਮਿਲਾਂਗੇ ਇੱਕ ਨਵੀਂ ਜੀ ਡਿਲੀਸ਼ੀਅਸ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।